ਉਧਾਰ ਦਿੱਤੇ ਪੈਸੇ ਮੰਗੇ ਵਾਪਸ ਤਾਂ ਦੋਸਤ ਤੇ ਚਲਵਾ ਦਿੱਤੀਆਂ ਗੋਲੀਆਂ। ਔਖੇ ਸਮੇਂ 'ਚ ਦੋਸਤ ਨੂੰ ਦਿੱਤੇ ਸੀ 30 ਲੱਖ ਉਧਾਰ, ਡਾਕਟਰ ਨੇ ਆਪਣੇ ਹੀ ਦੋਸਤ ਨਾਲ ਕੀਤੀ ਯਾਰ ਮਾਰ। ਤਾਂ ਦੱਸ ਦਈਏ ਕਿ ਸੈਰ ਕਰਨ ਜਾ ਰਹੇ ਇੱਕ ਫਾਈਨੈਂਸਰ ਤੇ ਦਿਨ ਦਿਹਾੜੇ ਗੋਲੀਆਂ ਚੱਲੀਆਂ ਸੀ, ਜਿੱਥੇ ਇਹ ਫਾਈਨੈਂਸਰ ਜ਼ਮੀਨ ਤੇ ਡਿੱਗ ਜਾਂਦਾ ਹੈ, ਜਿਸ ਕਾਰਨ ਇਸ ਦੀ ਜਾਨ ਬਚ ਜਾਂਦੀ ਹੈ ਤੇ ਹਮਲਾਵਰ ਮੌਕੇ ਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਹਨਾਂ ਹਮਲਾਵਰਾਂ ਦੀ ਭਾਲ ਕਰ ਰਹੀ ਸੀ ਤੇ ਹਮਲੇ ਪਿੱਛੇ ਵਜ੍ਹਾ ਦਾ ਵੀ ਪਤਾ ਕਰ ਰਹੀ ਸੀ। ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿੱਥੇ ਉਸਦੇ ਇੱਕ ਡਾਕਟਰ ਦੋਸਤ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਤਾਂ ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਡਾਕਟਰ ਦੇ ਵੱਲੋਂ ਆਪਣੇ ਹੀ ਕਰੀਬੀ ਦੋਸਤ ਜੋ ਕਿ ਇੱਕ ਫਾਈਨੈਂਸਰ ਹੈ, ਉਸ ਤੋਂ 30 ਲੱਖ ਰੁਪਏ ਉਧਾਰ ਲਏ ਹੋਏ ਸੀ। ਜਿਸ ਤੋਂ ਬਾਅਦ ਜਦ ਇਹ ਫਾਈਨੈਂਸਰ ਆਪਣੇ ਪੈਸੇ ਵਾਪਸ ਮੰਗਦਾ ਹੈ ਤਾਂ ਇਸ ਦੀ ਪੈਸੇ ਵਾਪਸ ਕਰਨ ਦੀ ਕੋਈ ਵੀ ਰਾਏ ਨਹੀਂ ਹੁੰਦੀ, ਤਾਂ ਇਹ ਆਪਣੇ ਦੂਸਰੇ ਸਾਥੀਆਂ ਦੇ ਨਾਲ ਮਿਲਦਾ ਹੈ ਤੇ ਫਿਰ ਆਪਣੇ ਹੀ ਕਰੀਬੀ ਦੋਸਤ ਨੂੰ ਮਾਰਨ ਦੇ ਲਈ ਸਾਜ਼ਿਸ਼ ਕਰਦਾ ਹੈ, ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਸ਼ੂਟਰ ਹਾਇਰ ਕੀਤੇ ਜਾਂਦੇ ਨੇ। ਤਾਂ ਜਦ ਇਹ ਉਸ ਤੇ ਗੋਲੀਆਂ ਚਲਾਉਂਦੇ ਨੇ ਤਾਂ ਫਾਈਨੈਂਸਰ ਦੀ ਸਮਝਦਾਰੀ ਦੇ ਕਾਰਨ ਉਸ ਦੀ ਜਾਨ ਬਚ ਜਾਂਦੀ ਹੈ। ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀ ਤੇ ਪੁਲਿਸ ਦੇ ਵੱਲੋਂ ਡਾਕਟਰ ਦੋਸਤ ਸਮੇਤ 2 ਹੋਰ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਗਿਆ, ਜਦਕਿ ਸ਼ੂਟਰ ਹਾਲੇ ਵੀ ਫਰਾਰ ਚੱਲ ਰਹੇ ਨੇ, ਜਿਨ੍ਹਾਂ ਦੀ ਪੁਲਿਸ ਲਗਾਤਾਰ ਭਾਲ ਕਰ ਰਹੀ ਹੈ। ਸਵੇਰੇ ਤਕਰੀਬਨ 7:15 ਵਜੇ ਇੱਕ ਸ਼ਹਿਰ ਦਾ ਨਾਮੀ ਜਿਹੜਾ ਫਾਈਨਾਂਸਰ ਹੈ ਸਤੀਸ਼ ਕੁਮਾਰ ਜੀ, ਉਹ ਆਪਣੀ ਮੋਰਨਿੰਗ ਵਾਕ ਕਰਕੇ ਆਪਣੇ ਘਰੇ ਜਾ ਰਿਹਾ ਸੀਗਾ, ਐਂਡ ਜੋ ਹੀ ਉਹ ਐਂਟਰ ਕਰ ਰਿਹਾ ਸੀਗਾ ਘਰੇ, ਉਸ ਦੇ ਉੱਤੇ ਗੋਲੀਆਂ ਚੱਲੀਆਂ। 3 ਸ਼ੋਟਸ ਵਾਇਰ ਫਾਇਰਡ ਐਟ ਹਿਮ, ਬਟ ਸਮਹਾਓ ਉਹਨੇ ਸਮਝਦਾਰੀ ਦਿਖਾ ਕੇ ਉਹ ਲੰਮੇ ਪੈ ਗਏ, ਉਹਦੇ ਕਰਕੇ ਹੀ ਵਾਜ਼ ਅਨਹਰਟ। ਉਹਦੇ ਵਿੱਚ 2 ਬੰਦੇ ਆਏ ਸੀਗੇ ਮੋਟਰਸਾਈਕਲ ਦੇ ਉੱਤੇ ਜਿਹੜੇ ਨਕਾਬ ਪੋਸ਼ ਸੀਗੇ, ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ। ਤਾਂ ਇਸ ਸੀਰੀਅਸ ਇੰਸੀਡੈਂਟ ਦੀ ਕੋਗਨੀਜ਼ੈਂਸ ਲੈ ਕੇ ਸਭ ਤੋਂ ਪਹਿਲਾਂ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ। ਇਹ ਪਰਚਾ ਅੰਡਰ ਸੈਕਸ਼ਨ 109 ਜਿਹੜਾ ਨਇਆ BNS ਹੈ, 61 ਸਬਸੈਕਸ਼ਨ 2, 249, 253 ਆਫ BNS ਐਂਡ 25 ਆਰਮਸ ਐਕਟ ਦੇ ਤਹਿਤ ਪਰਚਾ ਦਰਜ ਹੋਇਆ। ਇਸ ਤੋਂ ਬਾਅਦ ਇਸ ਜੁਰਮ ਦੀ ਸੰਗੀਨਤਾ ਨੂੰ ਦੇਖਦੇ ਹੋਏ ਅਸੀਂ ਟੀਮਸ ਕੰਸਟੀਟਿਊਟ ਕਰਦੀਆਂ, ਐਂਡ ਦਿਸ ਵਾਜ਼ ਬੀਂਗ ਸੁਪਰਵਾਈਜ਼ਡ ਬਾਈ DIG ਬਾਰਡਰ ਰੇਂਜ, ਐਂਡ ਵੀ ਹੈਡ ਇਨਪੁਟਸ ਫਰੋਮ ਵਰਦੀ DGP ਸਰ ਆਲਸੋ। ਤਾਂ ਇਹਦੇ ਵਿੱਚ ਟੀਮਸ ਬਣਾਈਆਂ ਗਈਆਂ, ਐਂਡ ਜਿਹੜੀ ਟੀਮਸ ਇਵੈਂਚੁਅਲੀ ਦੇ ਟ੍ਰੇਸ ਦਾ ਕੇਸ, ਇਹਦੇ ਵਿੱਚ ਕਮੈਂਡੇਬਲ ਐਂਡ ਟ੍ਰਿਮੈਂਡਸ ਵਰਕ ਵਾਜ਼ ਡਨ ਬਾਈ ਜਿਹੜੇ ਸਾਡੇ 2 DSPs ਇੱਥੇ ਬੈਠੇ ਨੇ, DSP ਸ਼੍ਰੀ ਹਰਗੋਬਿੰਦਪੁਰ ਐਂਡ DSP D, ਐਂਡ ਐਕਸਲੈਂਟ ਵਰਕ ਵਾਜ਼ ਡਨ ਬਾਈ CI ਇੰਚਾਰਜ ਇੰਸਪੈਕਟਰ ਸੁਖਰਾਜ, ਜਿਹੜੇ ਬਿਕਰਮ ਹੈਗੇ ਨੇ ਕੰਸਰਨਡ SHO, ਐਂਡ ਇਹਦੇ ਵਿੱਚ ਹਰਮੀਕ ਜਿਹੜੇ SHO ਗੁਮਾਨ ਹੈ, ਉਹਨਾਂ ਨੇ ਵੀ ਕੰਮ ਕਰਤਾ, ਐਂਡ ਇੰਪੋਰਟੈਂਟਲੀ ਜਿਹੜੀ ਟੀਮ ਸਾਡੀ ਪਿੱਛੇ ਹੈ, ਦੇ ਵਰਕਡ ਔਨ ਦਾ ਗਰਾਊਂਡ ਐਂਡ ਡਿਡ ਵੈਰੀ ਗੁੱਡ ਵਰਕ। ਸੋ ਇਹਦੇ ਵਿੱਚ ਟੈਕਨੀਕਲ ਇਨਵੈਸਟੀਗੇਸ਼ਨ ਐਂਡ ਹਿਊਮਨ ਇੰਟ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਜ਼ ਟ੍ਰੇਸਡ, ਐਂਡ ਇਹਦੇ ਵਿੱਚ ਫਿਲਹਾਲ 3 ਦੋਸ਼ੀ ਅਰੈਸਟ ਹੋਏ ਹੈ। ਉਹਨਾਂ ਦਾ ਵੇਰਵਾ ਕੁਛ ਇਸ ਤਰ੍ਹਾਂ ਹੈ, ਇਹਦੇ ਵਿੱਚ ਇੱਕ ਡਾਕਟਰ ਸਵਰਨ ਸਿੰਘ ਹੈ, ਸਨਾ ਪ੍ਰੀਤਮ ਸਿੰਘ, ਇਹ ਸ਼੍ਰੀ ਹਰਗੋਬਿੰਦਪੁਰ ਦਾ ਹੀ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਹੈ, ਸਨਾ ਅਵਤਾਰ ਸਿੰਘ, ਇਹ ਵੀ ਰੈਸੀਡੈਂਟ ਆਫ ਸ਼੍ਰੀ ਹਰਗੋਬਿੰਦਪੁਰ ਹੈ, ਐਂਡ ਇੱਕ ਮਨਜੀਤ ਸਿੰਘ ਹੈ, ਰੈਸੀਡੈਂਟ ਆਫ ਕਪੂਰ ਨਗਰ ਸੁਲਤਾਨਵਿੜ ਅੰਮ੍ਰਿਤਸਰ। ਸੋ ਹੁਣ ਇਹਦੇ ਵਿੱਚ ਜਿਹੜਾ ਮੋਟਿਵ ਐਂਡ ਇਹਨਾਂ ਦਾ ਜਿਹੜਾ ਮੋਡਸ ਓਪਰੈਂਡੀ ਉਹ ਇਸ ਤਰ੍ਹਾਂ ਸੀਗਾ ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰ ਮਾਇੰਡ ਸੀਗਾ ਡਾਕਟਰ ਕਾਲੋਂ,
ਹੈਗਾ, ਇਹਦੀ ਇੱਕ ਫਾਰਮੇਸੀ ਉੱਥੇ ਸ਼੍ਰੀ ਹਰਗੋਬਿੰਦਪੁਰ 'ਚ ਹੈਗੀ। ਸੋ ਇਹਦਾ ਜਿਹੜਾ ਵਿਕਟਿਮ ਹੈ ਲੂੰਬਾ ਜੀ, ਉਹਦੇ ਨਾਲ ਇਹਦੀ ਲੈਣ ਦੇਣ ਸੀਗਾ, ਐਂਡ ਹੀ ਓਡ ਹਿਮ ਅਰਾਊਂਡ 30 ਲੱਖ ਰੁਪੀਜ਼। ਉਹ ਚੂੰਕਿ ਫਾਈਨਾਂਸ ਦਾ ਕੰਮ ਕਰਦੇ ਸੀਗੇ, ਵਕਤ ਬੇਵਕਤ ਉਹਨੇ ਕਾਫੀ ਇਹਨੂੰ ਪੈਸੇ ਦਿੱਤੇ, ਜਿਹੜਾ ਟੋਟਲ ਕੁਆਂਟਮ ਕਰੀਬਨ 30 ਲੱਖ ਰੁਪਇਆ ਬਣ ਗਿਆ। ਸੋ ਇਹ ਜਿਹੜਾ ਫਾਈਨਾਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਪਿਆ ਸੀਗਾ, ਤਾਂ ਇਹ ਜਿਹੜਾ ਮਾਸਟਰ ਮਾਇੰਡ ਹੈ ਇਹਦੇ ਵਿੱਚ ਡਾਕਟਰ ਕਾਲੋ, ਉਹਨੇ ਆਪਣੇ ਇੱਕ ਦੋਸਤ ਸੁਰਿੰਦਰਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਹਨੂੰ ਖਤਮ ਕਰਦੇ ਹੈ, ਸੋ ਦੈਟ ਜਿਹੜਾ ਪੈਸੇ ਦਾ ਰੋਲਾ ਹੈ ਉਹ ਮੁੱਕ ਜੂਗਾ। ਇੰਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ, ਐਂਡ ਇੰਟਰਸਟਿੰਗਲੀ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਜਿਹੜਾ ਇਹਦੇ ਵਿੱਚ ਵਿਕਟਿਮ ਹੈ ਮਿਸਟਰ ਲੂੰਬਾ, ਇਹ ਜਿਹੜੇ ਡਾਕਟਰ ਕਾਲੋ ਹੈ ਉਹਦੇ ਉਹਨਾਂ ਦੇ ਨਾਲ ਥਾਣੇ ਆ ਕੇ ਚੱਲੇ, ਤਾਂ ਫਿਰ ਪਰਚਾ ਦਰਜ ਹੋਇਆ। ਹੀ ਅਕੰਪਨੀਡ ਹਿਮ ਟੂ ਦਾ ਪੁਲਿਸ ਸਟੇਸ਼ਨ, ਐਂਡ ਇੰਸੀਡੈਂਟ ਤੋਂ ਪਹਿਲਾਂ ਇਹ ਜਿਹੜਾ ਹੈਗਾ ਇਹਦੇ ਵਿੱਚ ਵਿਕਟਿਮ ਮਿਸਟਰ ਲੂੰਬਾ, ਇਹ ਉਹਦੀ ਦੁਕਾਨ 'ਤੇ ਬੈਠਾ ਸੀਗਾ, ਉੱਥੇ ਇਹਨਾਂ ਨੇ ਇਕੱਠੀ ਚਾਹ ਪੀ ਲਈ, ਐਂਡ ਉਸ ਤੋਂ ਬਾਅਦ ਹਮਲਾ ਹੋਇਆ। ਹੁਣ ਕਾਂਸਪਰੇਸੀ ਦੇ ਵਿੱਚ ਇਹਨਾਂ ਨੇ ਇੱਕ ਰਿਸ਼ਤੇਦਾਰ ਹੀ ਜਿਹੜਾ ਹੈਗਾ ਇਹਦਾ ਡਾਕਟਰ ਕਾਲੋਂ ਦਾ ਅੰਮ੍ਰਿਤਸਰ ਦਾ, ਉਹਨੂੰ ਰੋਪ ਇਨ ਕਰਤਾ, ਐਂਡ ਉਹਨੇ ਗਾਂ ਸ਼ੂਟਰਸ ਜਿਹੜੇ ਹਾਇਰ ਕਰਤੇ। ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਊਂਟ ਹੈ ਉਹ ਉਹਨੂੰ ਦਿੱਤੀ ਜਾਊਗੀ। ਉਹਦੇ ਵਿੱਚ ਕਰੀਬਨ 30,000 ਰੁਪਏ ਆਲਰੇਡੀ ਇਨ ਐਡਵਾਂਸ ਡਿਪੋਜ਼ਿਟ ਹੋਏ, ਉਹਨੂੰ ਗੂਗਲ ਪੇ ਕਰਤੇ ਸੀਗੇ ਡਾਕਟਰ ਕਾਲੂ ਨੇ ਉਹਨੂੰ ਕਰਤੇ ਸੀਗੇ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਦੋ ਜਿਹੜੇ ਸ਼ੂਟਰਸ ਹੈ ਉਹਨਾਂ ਨੂੰ ਹਾਇਰ ਕਰਕੇ ਇਹ ਜਿਹੜਾ ਅੰਮ੍ਰਿਤਸਰ ਦਾ ਬੰਦਾ ਹੈ ਉਹ ਉਹਨਾਂ ਨੂੰ ਇੱਥੇ ਲੈ ਕੇ ਆਇਆ ਸ਼੍ਰੀ ਹਰਗੋਬਿੰਦਪੁਰ, ਉੱਥੇ ਰੱਖੀ ਹੋਈ ਉਹਨਾਂ ਨੇ ਸਾਰਾ ਉਹਨੂੰ ਦਿਖਾਤਾ ਕਰਕੁਰ ਕੀਤੇ ਹੈ, ਐਂਡ ਦੈਨ ਉਹ ਥੱਲੇ ਉਤਰ ਕੇ ਇਹ ਫਿਰ ਆਏ, ਐਂਡ ਜਦੋਂ ਆਪਣੀ ਕਾਰ ਵੜਰਾ ਸੀਗਾ ਉਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਬੰਦੇ 'ਤੇ ਇਸ ਨੀਅਤ ਦੇ ਨਾਲ ਕਿ ਉਹਨੂੰ ਖਤਮ ਕੀਤਾ ਜਾਵੇ। ਬਟ ਫੋਰਚੁਨੇਟਲੀ ਹੀ ਸਰਵਾਈਵਡ, ਐਂਡ ਇਹਦੇ ਵਿੱਚ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਆਫ ਦਾ ਕੇਸ, ਜਿਹੜਾ ਮੋਟਰਸਾਈਕਲ ਜਿਸ ਮੋਟਰਸਾਈਕਲ ਦੇ ਉੱਤੇ ਇਹ ਤਿੰਨ ਬੰਦੇ ਅੰਮ੍ਰਿਤਸਰ ਤੋਂ ਸ਼੍ਰੀ ਹਰਗੋਬਿੰਦਪੁਰ ਆਏ ਸੀਗੇ, ਉਹ ਰਿਕਵਰ ਹੋਇਆ। ਇਸ ਤੋਂ ਇਲਾਵਾ ਆਫਟਰ ਦਾ ਇੰਸੀਡੈਂਟ ਇਹਨਾਂ ਨੂੰ ਇੱਕ ਅਰਤਿਗਾ ਕਾਰ ਦੇ ਵਿੱਚ ਬਟਾਲੇ ਤੱਕ ਉਹ ਛੱਡ ਕੇ ਆਇਆ ਸੀਗਾ ਜਿਹੜਾ ਸੁਰਿੰਦਰਜੀਤ ਹੈ, ਤਾਂ ਉਹ ਵੀ ਅਸੀਂ ਰਿਕਵਰ ਕਰਤੀ, ਐਂਡ ਦ ਸ਼ੂਟਰਸ ਦੇ ਆਰ ਯੈਟ ਟੂ ਬੀ ਅਰੈਸਟਡ, ਬਟ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਐਫਰਟਸ ਚੱਲ ਰਹੇ ਨੇ ਤਾਂ ਉਹਨਾਂ ਵੀ ਅਸੀਂ ਛੇਤੀ ਕਾਬੂ ਕਰ ਲਵਾਂਗੇ। ਸਰ ਇਹ ਤਿੰਨੇ ਸਾਜਿਸ਼ ਘਟਨਾ ਦੇ ਕਾਬੂ ਕਰ ਲਏ, ਪਰ ਜਿਹੜੇ ਸ਼ੂਟਰ ਸੀ ਸਰ ਉਹਨਾਂ ਦੀ ਪਹਿਚਾਣ ਹੋ ਪਾਈ ਤੇ ਉਹ ਕਾਬੂ ਆਏ ਕਿ ਉਹ? ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤਾਂ ਉਹਦੇ ਵਿੱਚ ਲੀਡਸ ਹੈਗੀ ਆ, ਆਈਡੈਂਟੀਫਿਕੇਸ਼ਨ ਹੋ ਗਈ ਹੈ, ਐਂਡ ਵੀ ਆਰ ਵਰਕਿੰਗ ਔਨ ਦੈਟ। ਹਾਂਜੀ, ਉਹ ਸਾਰੀ ਡਿਟੇਲਸ ਹੈਗੀ, ਬਟ ਹਜੇ ਬਿਕੋਜ਼ ਆਫ ਪ੍ਰੀਮੈਚੁਅਰ ਕੇਸ ਅਸੀਂ ਹਜੇ ਉਹ ਡਿਟੇਲ ਸ਼ੇਅਰ ਨਹੀਂ ਕਰ ਸਕਦੇ। ਨਹੀਂ ਨਹੀਂ ਹਜੇ ਨਹੀਂ, ਤਾਂ ਉਹ ਸ਼ੂਟਰਸ ਤੋਂ ਹੀ ਬਰਾਮਦ ਹੋਊਗਾ। ਸਰ ਹਾਇਰ ਜਿਨ੍ਹਾਂ ਨੇ ਕੀਤੇ ਸੀਗੇ ਮਾਸਟਰਮਾਈਂਡ ਜਿਹੜੇ ਆ ਨਹੀਂ ਨਹੀਂ ਇਹਦਾ ਜਿਹੜਾ ਦੋਸਤ ਹੈ ਜਿਵੇਂ ਮੈਂ ਕਹਿ ਰਿਹਾ ਸੀਗਾ ਡਾਕਟਰ ਕਾਲੂ, ਉਹੀ ਇਹਦਾ ਮਾਸਟਰ ਮਾਇੰਡ ਸੀਗਾ। ਉਹਨੇ ਬੇਸਿਕਲੀ ਇਹਨੂੰ ਦੇਣੇ ਸੀਗੇ ਕਰੀਬਨ 30 ਲੱਖ ਰੁਪਏ। ਸੋ ਉਹ ਨਹੀਂ, ਉਹਦੀ ਬਦਧਿਆਨਤ ਔਰ ਬਦਨੀਤੀ ਸੀਗੀ ਕਿ ਉਹ ਨਹੀਂ ਦੇਣਾ ਚਾਹੁੰਦਾ ਸੀਗਾ। ਉਸ ਬੇਸਿਸ 'ਤੇ ਫਿਰ ਉਹਨੇ ਇੱਕ ਬੰਦਾ ਹਾਇਰ ਕਰ ਲਿਆ, ਉਹਦਾ ਰਿਸ਼ਤੇਦਾਰ ਹੀ ਸੀਗਾ ਅੰਮ੍ਰਿਤਸਰ ਦਾ, ਉਹਨੇ ਗਾਂ ਦੋ ਸ਼ੂਟਰ ਹਾਇਰ ਕਰ ਲਏ, ਐਂਡ ਇਸ ਤਰ੍ਹਾਂ ਇਹਨਾਂ ਨੇ ਸਾਜ਼ਿਸ਼ ਰਚ ਕੇ ਇਹ ਵਾਰਦਾਤ ਅੰਜਾਮ ਦਿੱਤੀ। ਇਹਦਾ ਵਾਕਫਕਾਰ ਸੀਗਾ, ਤਾਂ ਕਹਿ ਲਓ ਦੋਸਤ ਸੀਗਾ, ਤਾਂ ਉਹਦੇ ਨਾਲ ਇਹਨਾਂ ਨੇ ਡਿਸਕਸ਼ਨ ਕਰ ਲਿਆ ਸਾਰਾ ਕੁਛ,
ਐਂਡ ਫਿਰ ਉਹਦਾ ਵੀ ਇੱਕ ਇਹਦੇ 'ਚ ਰੋਲ ਇੰਪੋਰਟੈਂਟ ਇਹ ਹੈ ਕਿ ਹੀ ਇਜ਼ ਪਾਰਟ ਆਫ ਦ ਕੰਸਪਰੇਸੀ ਐਂਡ ਇਸ ਤੋਂ ਇਲਾਵਾ ਉਹਨੇ ਲੋਜਿਸਟੀਕਲ ਸਪੋਰਟ ਪ੍ਰੋਵਾਈਡ ਕਰਤਾ ਆਫਟਰ ਇੰਸੀਡੈਂਟ ਵਾਰਦਾਤ ਤੋਂ ਬਾਅਦ ਜਿਹੜੇ ਦੋ ਸ਼ੂਟਰ ਸੀਗੇ ਉਹਨੇ ਆਪਣੀ ਅਰਤਿਕਾ ਗੱਡੀ ਦੇ ਵਿੱਚ ਉਹਨਾਂ ਨੂੰ ਟਰਾਂਸਪੋਰਟ ਕਰਤਾ। ਸਰ ਸ਼ੁਰੂਆਤ ਪਲੀਜ਼ ਇੰਨਾ ਹੀ ਦੱਸ ਦਿਓ ਕਿ ਜਿਵੇਂ ਮੈਡੀਕਲ ਸਟੋਰ ਵਾਲਾ ਪਰੇਸ਼ਾਨ ਸੀ, ਪੈਸੇ ਲਏ ਹੋਏ ਆ, ਪੈਸੇ ਦੇਣੇ ਆ, ਬਟ ਐਮ ਸੀ ਦੇ ਨਾਲ ਕਿਹੜੀ ਗੱਲ ਕੀਤੀ ਉਹਨੇ, ਅੱਗੇ ਕਿਹੜੀ ਗੱਲ ਤੋਰੀ ਸ਼ੂਟਰਾਂ ਤੱਕ ਪਹੁੰਚ? ਨਹੀਂ, ਇਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਐਮ ਸੀ ਹੈ ਉਹਦੇ ਨਾਲ ਇਹਨੇ ਆਪਣਾ ਸਾਰਾ ਕੁਛ ਸ਼ੇਅਰ ਕਰ ਲਿਆ। ਉਸ ਤੋਂ ਬਾਅਦ ਉਹਦੇ 'ਚ ਇਹ ਕਨਕਲੂਜਨ ਆਈਡੀਆ ਸਰ ਕਿਹਦਾ ਸੀ, ਕਿ ਟਿਕਾਣੇ ਲਾਣਾ ਹੈ ਕਿ ਧਮਕੀ ਲਾਣੀ ਹੈ? ਡਾਕਟਰ ਕਾਲੂ ਦਾ, ਹਾਂ, ਦੇ ਡਿਡ ਇਟ ਇਨ ਜੁਆਇੰਟਲੀ ਉਹਦੇ ਨਾਲ ਜਿਹੜਾ ਐਮ ਸੀ ਦੇ ਨਾਲ, ਫਿਰ ਦੇ ਰੋਪ ਟੇਨ ਜਿਹੜਾ ਮਨਜੀਤ ਸਿੰਘ ਹੈ ਜੀ। ਸਰ ਸਰ ਡਰਾਵੇ ਵਾਸਤੇ ਕੁਝ ਆਈਡੀਆ ਸੀ ਕਿ ਜਾਂ ਵਾਕਈ ਸ਼ੂਟ ਹੀ ਕਰਨਾ ਸੀ? ਨਹੀਂ, ਸ਼ੂਟ ਹੀ, ਇਹ ਤਾਂ ਉਹਦੀ ਚੰਗੀ ਕਿਸਮਤ ਸੀਗੀ ਸਮਾ, ਉਹ ਤਾਂ ਸੀ ਸੀ ਟੀਵੀ ਫੁਟੇਜ ਵੀ ਹੈ ਤਾਂ ਉਹ ਲੰਮੇ ਪੈ ਗਿਆ, ਦੈਟ ਇਜ਼ ਹਾਊ ਹੀ ਸਰਵਾਈਵ। 1 ਲੱਖ ਰੁਪਏ ਦੇ ਵਿੱਚ ਸਰ ਡੀਲ ਜਿਹੜੀ ਹੁਣ ਤੱਕ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 1 ਲੱਖ ਰੁਪਏ ਦੇ ਵਿੱਚ ਹੋਇਆ ਸੀਗਾ। ਇਨਫੈਕਟ ਉਹਦੇ 'ਚ 30,000 ਰੁਪਏ ਜਿਹੜੇ ਆ ਉਹ ਟ੍ਰਾਂਸਫਰ ਵੀ ਹੋਏ ਹੈ।